ਸਾਡੀਆਂ ਛੋਟੀਆਂ ਛੋਟੀਆਂ ਜਿਹੜੀਆਂ ਸਾਡੀਆਂ ਨੋਕ ਜੋਕ ਚੱਲਦੀਆਂ ਰਹਿੰਦੀਆਂ ਨੇ ਤੇ ਮੈਂ ਇਹਨਾਂ ਨੂੰ ਆਵਾਜ਼ ਮਾਰੀ, ਮੈਂ ਕਿਹਾ ਜੀ ਸੁਣਦੇ ਹੋ? ਕਹਿੰਦੇ ਨਹੀਂ ਨਹੀਂ ਪਹਿਲਾਂ ਸੁਣਦਾ ਸੀ, ਵਿਆਹ ਤੋਂ ਬਾਅਦ ਮੈਂ ਬੋਲਾ ਹੋ ਗਿਆ ਵਾ। ਮੈਂ ਕਿਹਾ ਨਹੀਂ ਨਹੀਂ ਇਹ ਦੱਸੋ ਕਿ ਚਾੜਨਾ ਕੀ ਹੈ? ਕਹਿੰਦੇ ਉਹ ਕੋਠੇ ਮੰਜੇ ਚਾੜਿਆ। ਫਿਰ ਮੈਂ ਕਿਹਾ ਕਿ ਅਰੇ ਮੈਂ ਪੁੱਛਦੀ ਪਈ ਆ ਬਣਾਉਣਾ ਕੀ ਹੈ? ਕਹਿੰਦੇ ਜਦੋਂ ਦੀ ਤੂੰ ਮੇਰੇ ਘਰ ਆਈ ਹੈ ਮੈਨੂੰ ਬਣਾਉਣ ਹੀ ਨਹੀਂ ਹੈ, ਮੂਰਖ ਮੈਂ ਨੀ, ਮੈਨੂੰ ਨੀ ਪਤਾ ਕੀ ਬਣਾਉਣਾ। ਮੈਂ ਬੜਾ ਸਰਪ੍ਰਾਈਜ਼ ਜੀ ਹੋ ਗਈ, ਮੈਂ ਕਿਹਾ ਪੁੱਛ ਹੀ ਲੈਂਦੀ ਹਾਂ ਜਾ ਕੇ, ਮੈਂ ਪੁੱਛਦੀ ਪਈ ਆ ਧਰਨਾ ਕੀ ਹੈ? ਕਹਿੰਦੇ ਧਰਨਾ ਕੀ ਹੈ? ਮੇਰੇ ਪੰਜ ਸੱਤ ਧਰਦੇ ਬਣਾਉਣਾ ਕੀ ਸੀਗਾ? ਕਹਿੰਦੇ ਤੈਨੂੰ ਨੀ ਪਤਾ ਅੱਜ ਅਸੀਂ ਕੁਛ ਨੀ ਬਣਾਉਣਾ, ਕੁਛ ਨੀ ਬਣਾਉਣਾ। ਮੈਂ ਕਿਹਾ ਕਿਉਂ ਨੀ ਬਣਾਉਣਾ? ਕਹਿੰਦੇ ਅੱਜ ਅਸੀਂ ਕਾਕੇ ਦੇ ਵਿਆਹ ਤੇ ਜਾਣਾ। ਮੈਂ ਕਿਹਾ ਓਹੋ ਮੈਨੂੰ ਤਾਂ ਭੁੱਲ ਹੀ ਗਿਆ ਅੱਜ ਅਸੀਂ ਕਾਕੇ ਦੇ ਵਿਆਹ ਤੇ ਜਾਣਾ। ਓਹੋ ਅੱਛਾ ਚਲੋ ਇੰਨਾ ਦੱਸੋ ਕਿ ਅੱਜ ਕਾਕੇ ਦੇ ਵਿਆਹ ਤੇ ਜਾਣਾ ਮੈਂ ਪਾਵਾਂ ਕੀ? ਕਹਿੰਦੇ ਓਹੀ ਪਾ ਜਿਹੜਾ ਤੈਨੂੰ ਬੜਾ ਸੋਹਣਾ ਪਾਉਣਾ ਹੁੰਦਾ। ਮੈਂ ਕਿਹਾ ਲਹਿੰਗਾ? ਕਹਿੰਦੇ ਨਹੀਂ। ਫਿਰ ਮੈਂ ਥੋੜਾ ਸੋਚਿਆ, ਮੈਂ ਕਿਹਾ ਫਿਰ ਕੀ ਪਾਵਾਂ? ਮੈਂ ਕਿਹਾ ਸੂਟ? ਕਹਿੰਦੇ ਨਹੀਂ ਨਹੀਂ ਉਹੀ ਪਾਓ ਜਿਹੜੀ ਜਨਾਨੀਆਂ ਤੁਸੀਂ ਬਹੁਤ ਸੋਹਣਾ ਪਾਉਂਦੀਆਂ ਹੋ। ਮੈਂ ਕਿਹਾ ਕੀ ਗਾਊਨ? ਕਹਿੰਦੇ ਨਹੀਂ ਗਾਊਨ ਨਹੀਂ। ਮੈਂ ਕਿਹਾ ਫੇਰ ਦੱਸੋ ਕੀ ਪਾਵਾਂ? ਕਹਿੰਦੇ ਪਾਲਾ ਕਲੇਸ਼।